ਝੂਠੀ ਅਣਖ ਦੇ ਖਾਤਰ ਇੱਕ ਸ਼ਖਸ ਦਾ ਕਤਲ ਕਰ ਦਿੱਤਾ ਗਿਆ। 30 ਸਾਲਾ ਨੌਜਵਾਨ ਨੂੰ ਸ਼ਰੇਆਮ ਲਾਠੀ ਡੰਡਿਆਂ ਦੇ ਨਾਲ ਮੌਤ ਦੇ ਘਾਟ ਉਤਾਰਿਆ ਹੈ। ਤਾਂ ਦੱਸ ਦਈਏ ਕਿ ਘਰ ਦੇ ਵਿੱਚ ਵੜ ਕੇ ਸੁੱਤੇ ਹੋਏ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ। ਹਾਲਾਂਕਿ ਹਮਲੇ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਜੋ ਮ੍ਰਿਤਕ ਸ਼ਖਸ ਹੈ ਉਸਦੇ ਵੱਲੋਂ ਆਪਣੇ ਹੀ ਪਿੰਡ ਦੇ ਵਿੱਚ ਇੱਕ ਬੰਦੇ ਦੇ ਅੱਗੇ ਰਿਸ਼ਤੇਦਾਰੀ 'ਚ ਲੜਕੀ ਦੇ ਨਾਲ ਲਵ ਮੈਰਿਜ ਕਰਵਾਈ ਗਈ ਸੀ ਅਤੇ ਪਰਿਵਾਰ ਜੋ ਹੈ ਲੜਕੀ ਦਾ ਇਸ ਗੱਲ ਤੋਂ ਖਾਰ ਖਾਂਦਾ ਸੀ। ਤਾਂ ਜਿਸ ਨੂੰ ਲੈ ਕੇ ਉਹਨਾਂ ਨੇ ਸੁੱਤੇ ਹੋਏ ਪਰਿਵਾਰ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਇੱਕ ਸ਼ਮਸ਼ੇਰ ਸਿੰਘ ਨਾਮਕ ਸ਼ਖਸ ਦੀ ਜਾਨ ਚਲੀ ਗਈ ਹੈ, ਜਿਸ ਨੇ ਕਿ ਪਿੰਡ ਦੇ ਹੀ ਇੱਕ ਵਿਅਕਤੀ ਦੀ ਅੱਗੇ ਰਿਸ਼ਤੇਦਾਰੀ ਦੇ ਵਿੱਚ ਜੋ ਲੜਕੀ ਸੀ ਉਸਦੇ ਨਾਲ ਲਵ ਮੈਰਿਜ ਕਰਵਾਈ ਸੀ, ਜਿਸ ਤੋਂ ਲੜਕੀ ਦਾ ਪਰਿਵਾਰ ਕਾਫੀ ਖਾਰ ਖਾਂਦਾ ਸੀ। ਤਾਂ ਉਸ ਨੂੰ ਲੈ ਕੇ ਸੁੱਤੇ ਹੋਏ ਪਰਿਵਾਰ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਲੜਕੇ ਦੇ ਭਰਾ ਸਮੇਤ ਮਾਪਿਆਂ ਦੇ ਉੱਤੇ ਵੀ ਹਮਲਾ ਕੀਤਾ ਗਿਆ। ਲਾਠੀ ਡੰਡਿਆਂ ਦੇ ਨਾਲ ਉਹਨਾਂ ਨੂੰ ਕੁੱਟਿਆ ਗਿਆ ਅਤੇ ਹੁਣ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਖਬਰ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਝੂਠੀ ਅਣਖ ਦੇ ਖਾਤਰ ਇੱਕ ਸ਼ਖਸ ਦਾ ਕਤਲ ਕਰ ਦਿੱਤਾ ਗਿਆ। 30 ਸਾਲਾ ਨੌਜਵਾਨ ਦਾ ਕਤਲ ਸ਼ਰੇਆਮ ਲਾਠੀ ਡੰਡੇ ਮਾਰ ਕੇ ਕੀਤਾ ਗਿਆ। ਦੱਸ ਦਈਏ ਕਿ ਮ੍ਰਿਤਕ ਨੇ ਇੱਕ ਲੜਕੀ ਦੇ ਨਾਲ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਲੜਕੀ ਜੋ ਹੈ ਪਿੰਡ ਦੇ ਇੱਕ ਸ਼ਖਸ ਦੀ ਰਿਸ਼ਤੇਦਾਰ ਸੀ, ਜਿਸ ਦੇ ਚਲਦਿਆਂ ਸ਼ਖਸ ਨੇ ਰੰਜਿਸ਼ ਦੇ ਤਹਿਤ ਦੇਰ ਰਾਤ ਹਮਲਾ ਕਰਕੇ ਸ਼ਮਸ਼ੇਰ ਸਿੰਘ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹਦੇ ਸੰਬੰਧ ਦੇ ਵਿੱਚ ਇਸ ਤਰ੍ਹਾਂ ਹੈਗਾ ਵੀ ਇਹ ਰਾਤ ਜਿਹੜਾ ਹੈਗਾ ਗੁਰਜੀਵਨ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਤਿਉਣਾ ਪੁਜਾਰੀਆਂ, ਜਸਵੀਰ ਸਿੰਘ ਅਲੀਅਸ ਗੱਗੂ ਸਨ ਆਫ ਪੱਪੂ ਸਿੰਘ ਗੁਰੂਸਰ ਜਗ੍ਹਾ, ਰੇਸ਼ਮ ਸਿੰਘ ਸਨ ਆਫ ਕਾਲਾ ਸਿੰਘ ਵਾਸੀ ਤਿਉਣਾ, ਬੱਬੂ ਸਿੰਘ ਸਨ ਆਫ ਬਿੱਲੂ ਸਿੰਘ ਵਾਸੀ ਤਿਉਣਾ, ਇਹ ਚਾਰ ਵਿਅਕਤੀਆਂ ਨੇ ਆਪਣੇ ਪੰਜ ਛੇ ਸਾਥੀਆਂ ਨਾਲ ਰਲ ਕੇ ਜਿਹੜਾ ਹੈਗਾ ਇਹ ਜਗਰੂਪ ਸਿੰਘ ਸਨ ਆਫ ਸੁਖਦੇਵ ਸਿੰਘ, ਇਹਦੇ ਭਰਾ ਜਿਹੜਾ ਸ਼ਮਸ਼ੇਰ ਸਿੰਘ, ਇਹਦੇ ਮਾਤਾ ਪਿਤਾ ਦੇ ਅਮਰਜੀਤ ਕੌਰ ਅਤੇ ਸੁਖਦੇਵ ਸਿੰਘ ਅਤੇ ਇੱਕ ਇਹਦੀ ਜਿਹੜੀ ਭਰਜਾਈ ਜਗਰੂਪ ਸਿੰਘ ਦੀ, ਇਹਦੇ ਜਿਹੜੀਆਂ ਹੈਗੀਆਂ ਕਾਫੀ ਸੱਟਾਂ ਮਾਰੀਆਂ ਅਤੇ ਜਿਹਦੇ ਸੰਬੰਧ 'ਚ ਇਹ ਸਾਰੇ ਜਿਹੜੇ ਹੈਗੇ ਆ ਏਮਜ਼ ਹੋਸਪਿਟਲ ਦਾਖਲ ਸੀ। ਜਦੋਂ ਹੁਣ ਜਿਹੜਾ ਸਾਡੇ ਐਸ ਐਚ ਓ ਸਾਹਿਬ ਨੇ ਜਾ ਕੇ ਜਗਰੂਪ ਸਿੰਘ ਸਨ ਆਫ ਸੁਖਦੇਵ ਸਿੰਘ ਤਿਉਣੇ ਪੁਜਾਰੀਆਂ ਦਾ ਹੈਗਾ ਇਹਦੇ ਬਿਆਨਾਂ 'ਤੇ ਧਾਰਾ 109 BNS, 118 BNS, 115 2 BNS, 191 3 ਅਤੇ 190 BNS ਦੇ ਅਧੀਨ ਜਿਹੜਾ ਹੈਗਾ FIR ਦਰਜ ਰਜਿਸਟਰ ਕੀਤੀ ਹੈ। ਇਹਨਾਂ ਚਾਰ ਬੰਦਿਆਂ 'ਤੇ ਬਾਈ ਨੇਮ ਹੈ FIR ਅਤੇ 6 ਬੰਦੇ ਜਿਹੜੇ ਹੈਗੇ ਇਹਨਾਂ ਨਾਲ ਇਹਨਾਂ ਨੇ ਅਣਪਛਾਤੇ ਲਿਖਾਏ। ਵਜ੍ਹਾ ਰੰਜਿਸ਼ ਇਹ ਸੀਗੀ ਵੀ ਇਹਦਾ ਜਿਹੜਾ ਹੈਗਾ ਸ਼ਮਸ਼ੇਰ ਸਿੰਘ ਸੀਗਾ ਜਿਹੜਾ, ਇਹ ਸ਼ਮਸ਼ੇਰ ਸਿੰਘ ਜਗਰੂਪ ਸਿੰਘ ਦਾ ਭਰਾ, ਇਹ ਜਿਹੜਾ ਹੈਗਾ ਜੀਵਨ ਸਿੰਘ ਦੀ ਕੋਈ ਰਿਸ਼ਤੇਦਾਰੀ ਦੇ ਵਿੱਚੋਂ ਉਹਨਾਂ ਨੂੰ ਇਹ ਸੀਗਾ ਵੀ ਉਹ ਲੜਕੀ ਨਾਲ ਇਹਨੇ ਵਿਆਹ ਕਰਾ ਲਿਆ ਸੀਗਾ, ਇਹ ਅਲੱਗ ਅਲੱਗ ਕਾਸਟ ਦੇ ਨਾਲ ਬਿਲੋਂਗ ਕਰਦੇ ਆ ਅਤੇ ਉਹਨਾਂ ਨੂੰ ਇਸ ਗੱਲ ਦੀ ਰੰਜਿਸ਼ ਸੀਗੀ ਵੀ ਸਾਡੀ ਲੜਕੀ ਜਿਹੜੀ ਹੈਗੀ ਹੈ ਵੀ ਇਹ ਉੱਥੋਂ ਭਜਾ ਕੇ ਲੈ ਗਿਆ। ਮਾਰੂ ਹਥਿਆਰਾਂ ਨਾਲ ਮਤਲਬ ਹਮਲਾ ਕਰਿਆ ਇਹਨਾਂ ਨੇ? ਹਾਂ, ਉਹ ਜਿਹੜੇ ਹੈਗੇ ਆ ਰੋਡਾਂ ਵਗੈਰਾ ਹੋਰ ਜਿਹੜੇ ਮਾਰੂ ਹਥਿਆਰ ਹੈਗੇ ਆ ਉੱਥੇ ਉਹਨਾਂ ਦੇ ਨਾਲ ਹਮਲਾ ਕੀਤਾ ਸੀ। ਸਰ ਦੱਸਦੇ ਇੱਕ ਦੀ ਮੌਤ ਹੋ ਗਈ? ਹਾਂ, ਉਹ ਵੈਰੀਫਾਈ ਕਰ ਰਹੇ ਹਾਂ, ਦੇਖ ਰਹੇ ਹਾਂ, ਉਹ ਹਾਲੇ ਮੇਰੇ ਕੋਲ ਉਹਦੇ ਬਾਰੇ ਪੂਰੀ ਇਨਫੋਰਮੇਸ਼ਨ ਨਹੀਂ ਆਈ ਹਾਲੇ। ਉਹ ਸਾਡੇ SHO ਸਾਹਿਬ ਗਏ ਹੋਏ ਆ ਅਤੇ ਉਹ ਜਿਸ ਤਰ੍ਹਾਂ ਦੀ ਹੋਊਗੀ ਉਹ ਫਿਰ ਉਵੇਂ ਦਾ ਜੁਰਮ ਦਾ ਵਾਧਾ ਕਰ ਦਿੱਤਾ ਜਾਵੇ।